फैसलाबाद का लड़का है जे ते नौकरी घोड़ी है जे अभी वीर जी टोर के आई उन्होंने लिया लिया फटाफट लिया लो जी 5 लाख रुपया जनाब इन मंगते जे हम तुम दसा जी कि 5 लाख रुपया का जायज है कि नजायज है नजायज है जी नजायज है लो जी ठोकरा मिल गया जनाब नजायज है लो जी 5 लाख रुपया नजायज है जी जनाब इन कि जायज हो सकता कि जायज हो सकता 2 लाख करा कि 2 लाख रुपया 2 लाख रुपया कहना जी जायज है बाबा जान दे आ गई लो जनाब अगे बात नमाज हॉर्स वाला लो जी माशाल्लाह अज लैन ही तुहानू विखा दे भाई जी जानवर दे लैन ही लैन लगी हुई है अज इस वीडियो दे विच जनाब तुहानू इंशाल्लाह जानवर बहुत सारे दिखाण वाला जे ते साडी वीडियो नू लाइक करना है शेयर करना है और इंशाल्लाह ताला सारे चैनल भी सबसक्राइब करना है ते बैल आइकन नू जरूर तुसीं प्रेस कर देना ताकि साडी वीडियो दी नोटिफिकेशन जिहड़ी है तुहाडे तक पहुँच ते लो जनाब माशाल्लाह शुरू करने जी इत्थे जानवर दे रेट शेट की है कहने अच्छा किधर गया देखो माशाल्लाह किन्ने जानवर है जे जानवर दियां तां लैणा माशाल्लाह लगियां होईयां ने ਐ ਵੇਖੋ ਆ ਜਾ ਐ ਸਾਰੇ ਬਣਾਏ ਨਹੀਂ ਉਹ ਬਣਾਏ ਐ ਬਣਾਏ ਨੇ ਇਹ ਨਹੀਂ ਬਣਾਏ ਇਹ ਕਿੰਨੇ ਨੇ ਕਿੰਦੇ ਹਾਂ ਆਬਦ ਨੇ घोड़ा बखा तो देखो जी गुजरात दे बछेरी बखा चिट्टे रंग की ओ खलोती ओ बछेरी खले इधर थले आके खलोता कर ठीक ठाक किन्ने पैसे 6 लाख तो उम्र किन्नी हो गई उम्र है 13 महीने 13 महीने छापा छुपा तो नहीं है हाँ जी छापा छुपा तो नहीं है 13 महीने 6 लाख रुपया 6 लाख तो कद इस टाइम किन्ना हो गया कितना हो गया 55 नंबर दस अपना नंबर 0347 0347 640 642 53 एड्रैस फतेहपुर फतेहपुर जिला लिया एक जानवर लिया जी हाँ जी एक ही है अच्छा आओ जी इधर आओ जी 7 लाख 7 लाख बनाओ जी लो जी लई ये आई जी छापेदार हल्का हल्का जिसम के उत्ते जनाब छापा है हल्का हल्का जिसम के उत्ते हल्का हल्का जिसम के उत्ते छापा है यह तुम वेख सकते जे तो काफ़ी लोग जोड़े है वो देख रहे हैं और इंट्रस्टड है जानवर लैन वास्ते तो माशाल्लाह घोड़ी तो खूबसूरत है हाथ पैर भी माशाल्लाह साफ ने गमचियाँ गुमचियाँ भी साफ ने मगर जनाब रवैये भी बड़े साफ हैं 30 लाख छे थदियाँ लो जी जो कीमत वेखते ने तो बंदे कल्टी हो जाते हैं
ਤੇ ਲੋ ਜਨਾਬ ਮਾਸ਼ਾਅੱਲਾ ਤੁਹਾਨੂੰ ਵਿਖਾਣੇ ਅਸੀਂ ਇਸ ਵੀਡੀਓ ਦੇ ਵਿੱਚ ਆਬਦ ਦੇ ਜਨਾਬ ਜਾਨਵਰ ਤੁਹਾਨੂੰ ਅਸੀਂ ਵਿਖਾਣੇ ਆ ਲੋ ਜੀ ਇਧਰ ਲਓ ਜੀ ਜਨਾਬ ਆਬਦ ਦੇ ਤੁਹਾਨੂੰ ਜਾਨਵਰ ਵਿਖਾ ਰਿਹਾ ਜੀ ਮਾਸ਼ਾਅੱਲਾ ਆਬਦ ਦੇ ਜਾਨਵਰ ਤੁਸੀਂ ਦੇਖੋ ਇਹ ਸਾਰੇ ਪਿੱਛੇ ਖਲੋਤੇ ਹੋਏ ਨੇ ਪਿੱਛੇ ਗਾਂਭੀਆਂ ਗੁੰਜੀਆਂ ਤੁਸੀਂ ਵੇਖ ਸਕਦੇ ਜੇ ਕੁਰਸ਼ੋਰ ਵੀ ਤੁਸੀਂ ਵੇਖਦੇ ਜੇ ਔਰ ਕਾਫੀ ਦੋਸਤ ਜਿਹੜੇ ਨੇ ਮਾਸ਼ਾਅੱਲਾ ਖਲੋਤੇ ਹੋਏ ਨੇ ਜਾਨਵਰ ਲੈਣ ਵਾਸਤੇ ਇਹ ਸਾਰੇ ਲੈਣ ਵਾਸਤੇ ਸ਼ੌਕ ਵਾਸਤੇ ਜਨਾਬ ਇੱਥੇ ਜਾਨਵਰ ਲੈਣ ਅੱਛੇ ਜਾਨਵਰ ਲੈ ਕੇ ਆਉਂਦਾ ਬੰਦਾ ਰੇਟ ਸ਼ੇਟ ਤਾਂ ਤੁਹਾਨੂੰ ਪਤਾ ਫਿਰ ਉਹ ਜਿਹਾ ਹੀ ਰੇਟ ਸ਼ੇਟ ਵੀ ਹੁੰਦਾ ਲੇਕਿਨ ਇਹ ਹੈਗਾ ਕਿ ਇਹ ਨਹੀਂ ਕਿ 5 ਲੱਖ ਰੁਪਈਆ ਨਾ ਮੰਗ ਲਿਆ ਅਤੇ 5 ਲੱਖ ਤੁਹਾਨੂੰ ਦੇਣਾ ਪਏਗਾ ਅਸਲ ਜਿਹੜੀ ਹੈਗੀ ਹੈ ਉਹ ਤੁਹਾਨੂੰ ਕਮੀ ਪੇਸ਼ੀ ਵੀ ਹੋ ਜਾਏਗੀ ਅਗਰ ਤੁਸੀਂ ਗੱਲਬਾਤ ਕਰੋਗੇ ਅਤੇ ਇਹ ਕਮੀ ਪੇਸ਼ੀ ਹੋ ਜਾਏਗੀ ਅਤੇ ਇਹ ਜਾਨਵਰ ਜਿਹਦੇ ਉੱਤੇ ਪਟਕਾ ਪਾਇਆ ਖੜਾ ਇਹਦੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਮਾਸ਼ਾਅੱਲਾ ਸਾਫ਼ ਸੁਥਰੀ ਔਰ ਸੋਹਣੀ ਕੋਟੀ ਹੈ ਇਹਦਾ ਰੇਟ ਸ਼ੇਟ ਦੇ ਬਾਰੇ 'ਚ ਪੁੱਛਣਾ ਕਿ ਇਹਦਾ ਇਸ ਟਾਈਮ ਰੇਟ ਸ਼ੇਟ ਕੀ ਹੈਗਾ ਆਬਦ ਇਹਦੇ ਕਿੰਨੇ ਪੈਸੇ ਕੁੱਟ ਗਏ ਇਹਦੇ ਮੰਗਦਾ ਤਾਂ 4 ਲੱਖ ਅੱਛਾ ਕੁੜੀ ਕਬਾਣੀ ਹੈ ਸਾਡੇ ਕਿੰਨਾ ਮਹੀਨਾ ਦੇ ਬੱਚਾ ਹੀ ਥੱਲੇ ਮੈਂ ਰਾਤੀ ਵੇਚ ਆ ਅੱਛਾ 4 ਲੱਖ ਰੁਪਇਆ ਮੰਗਣਾ ਯਾ 4 ਲੱਖ ਹੁਣ ਕਰਾਸ ਹੈਗੀ ਕਿ ਵੇਲੀ ਹੈ ਨਾ ਹੁਣ ਕਰਾਸ ਸਾਡੇ 3 ਮਹੀਨੇ ਦੀ ਬਿਲਕੁਲ ਗਾਰੰਟੀ ਹੁੰਦਾ ਅੱਛਾ ਨੰਬਰ ਦੱਸ ਦੋ ਨੰਬਰ 0344 ਹਾਂ 79 83 205 205 ਤੇ ਆ ਜਿਹੜੀ ਪਰਲੀ ਨਾਲ ਖੜੀ 4 ਲੱਖ ਉਹ ਵੇਲੀ ਹੈ ਨਾ ਉਹ ਗੋੜੀ ਵੇਲੀ ਉਹ ਚਾਲਬਾਜ਼ ਗੋੜੀ ਟੋਰਾ ਚੰਗਾ ਕਰਦੀ ਲੋ ਜੀ ਚਾਲਬਾਜ਼ ਗੋੜੀ ਕੱਦ ਕੋ ਦੇ ਹੁੰਦਾ ਵੀ ਅੱਛਾ ਹੈਗਾ ਕੱਦ ਉਸ ਕੁੜੀ ਦਾ ਵੀ ਅੱਛਾ 4 ਲੱਖ ਰੁਪਈਆ ਮੰਗਦਾ ਪਿਆ ਨਹੀਂ ਨਹੀਂ ਅਗਲੇ ਨਹੀਂ ਮਾਰਦੇ ਹੁੰਦੀ ਪਿਛਲੇ ਹੀ ਮਾਰਦੀ ਹੈ ਅਤੇ ਲਓ ਜਨਾਬ ਮਾਸ਼ਾਅੱਲਾ ਕੁੜੀ ਅੱਛੀ ਹੈਗੀ ਹੈ ਲੇਕਿਨ ਪੈਰ ਅਗਲੇ ਤੁਸੀਂ ਵੇਖੋ ਅਤੇ ਉਸ ਤੋਂ ਬਾਅਦ ਜੀ ਆਪਣਾ ਸਾਵੀ ਕੁੜੀ ਖਲੋਤੀ ਹੋਈ ਹੈ ਸਾਵੀ ਅਤੇ ਇਹ ਸਾਵੀ ਉਹੋ ਹੀ ਘੋੜੀ ਜੇਕਰ ਤੁਸੀਂ ਮੇਰੀਆਂ ਪਿਛਲੀ ਵੀਡੀਓ ਯਾਨੀ ਸਵੇਰ ਦੀ ਵੀਡੀਓ ਵੇਖੀ ਹੋਵੇ ਤਾਂ ਇਹ ਘੋੜੀ ਵਿਕਣ ਵਾਸਤੇ ਆਈ ਸੀ ਜਿਹੜੀ ਲੋਡਿੰਗ ਕਰਦਿਆਂ ਵਕਤ ਥੱਲੇ ਉਤਰੀ ਸੀ ਅਤੇ ਇਹ ਮੇਰਾ ਖਿਆਲ ਆਬਦ ਨੇ ਲੈ ਲਈ ਹੈ ਇਹ ਹੁਣ ਪਤਾ ਨਹੀਂ ਆਬਦ ਕਿੰਨੇ ਪੈਸੇ ਇਹਦੇ ਮੰਗਦਾ ਜਾਂ ਲੈਂਦਾ ਅਤੇ ਲਓ ਜਨਾਬ ਇਹ ਵੀ ਘੋੜੀਆਂ ਖਲੋਤੀਆਂ ਹੋਈਆਂ ਨੇ ਆਬਦ ਦੇ ਕੋਲ ਅਤੇ ਆਬਦ ਦਾ ਨੰਬਰ ਜਨਾਬ ਤੁਹਾਡੇ ਕੋਲ ਆ ਗਿਆ ਅਤੇ ਤੁਸੀਂ ਕਾਲ ਕਰਨਾ ਚਾਹੋ ਤੁਸੀਂ ਕਾਲ ਕਰ ਸਕਦੇ ਜੇ ਅਤੇ ਸਾਡੀ ਜੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਇਨਸ਼ਾਅੱਲਾ ਨਵੀਂ ਵੀਡੀਓ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ ਤੁਹਾਡੇ ਨਾਲ ਅੱਲਾਹ ਹਾਫਿਜ਼ ਫੀ ਮਾਨੁਲਾ ਜੀ